ਛੇ ਜੀ ਜਿਹੜੀ ਪਾਈ ਹੈ ਫਿਰ ਦੁੱਲਾ ਦੇ ਨਾਲ ਛੇ ਜੀ ਅਖਾੜੇ ਸਾਡੇ ਨਾਲ ਪੁੱਛੇ ਨੇ ਭਗਉਤੀ ਸਿਮਰਕ ਗੁਰੂ ਨਾਨਕ ਨਹੀਂ ਧਿਆਏ ਫਿਰੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ ਅਰਜਨ ਹਰ ਗੋਬਿੰਦ ਰਾਉ ਸਭਰਾਉ ਸ੍ਰੀ ਹਰ ਆਏ ਸ੍ਰੀ ਹਰ ਕ੍ਰਿਸ਼ਨ ਧਿਆਈ ਹੈ ਜਿਸ ਰੱਠੈ ਸਭ ਦੁੱਖ ਜਾਏ ਤੇਗ ਬਹਾਦਰ ਸਮਰਾ ਕਨਾਉਣ ਦਿਆਵੇ ਧਾਏ ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਚਟਿਆਂ ਬਾਜਾਂ ਵਾਲੇ ਕੁਲਗੀਧਰ ਪੰਥ ਤੇ ਵਾਲੀ ਅੰਮ੍ਰਿਤੇ ਦਾਤੇ ਸਭ ਥਾਈ ਹੋਣਾ ਜੀ ਸਹਾਇ ਸਭ ਥਾਈ ਹੋਣਾ ਜੀ ਸਹਾਇ ਦਸਾਂ ਪਾਤਸ਼ਾਹ ਦੇ ਆਤਮ ਸਰੋਪ ਜੁਗੋ ਜੁਗ ਟਲ ਚੌਰ ਤਖ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਤਰਖਾਸਾ ਸਭਣਾ ਜੀ ਵਾਹਿਗੁਰੂ ਵਾਹਿਗੁਰੂ ਗੁਰੂ ਸਾਹਿਬ ਜੀ ਦੇ ਪੰਜ ਪਿਆਰੇ ਚਾਰ ਸਜਾ ਦੇ ਚਾਲੀ ਮੁਕਤ ਹੇਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਖੰਡਿਤ ਕੀਤਾ ਤਰ੍ਹਾਂ ਪਿਆਰਿਆਂ ਸਚਾਰਿਆਂ ਦੀ ਕਮਾਈ ਦਾ ਧਿਆਨ ਤਰਖਾਸਾ ਸਭਣਾ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਾ ਗੁਰਧਾਮਾਂ ਦੇ ਪੁੱਤਰ ਦਰਸ਼ਨਦਾਰ ਦਾ ਧਿਆਨ ਤਰਖਾਸ ਸਭਣਾ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਫਾਈਆਂ ਮਾਰਿਆਂ ਨਾਲ ਤਨ ਚੁਰਵਾਏ ਸਿੱਖੀ ਸਦਕੇ ਸਾਂ ਸਾਸਾਂ ਸੰਘ ਨਵਾਇਆ ਤਰ੍ਹਾਂ ਦੀ ਪੁੱਤਰ ਕਮਾਈ ਦਾ ਧਿਆਨ ਤਰਖਾਸ ਸਭਣਾ ਜੀ ਵਾਹਿਗੁਰੂ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਸੀ ਕਰਦਾਸ ਹੈ ਜੀ ਸਰਬੱਤ ਖਾਸੇ ਜੀ ਕੋ ਵਾਹਿਗੁਰੂ 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 ਨਾਮ ਚਿੱਤਾ ਵੇ ਚਿੱਤਾ ਮਨਕਾ ਸਦਕਾ ਸਰ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਹਿ ਦਿਗ ਤੇ ਫਤਿਹ ਬਿਰਦਕੀ ਪੈਜ ਪੰਥਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਗੁਰੂ ਖਾਲਸੇ ਜੀ ਕੇ ਬੁੱਲ ਬਾਲੇ ਬੁਲਣਾ ਜੀ ਵਾਹਿਗੁਰੂ ਵਾਹਿਗੁਰੂ ਆਪ ਜੀ ਦੇ ਸਿੱਖਾਂ ਨੂੰ ਸਿੱਖੀ ਦਾਨ ਰਹਿਤ ਦਾਨ ਬਿਬੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪੁੱਤ ਦਸ਼ ਇਸ਼ਨਾਨ ਚੌਂਕੀਆਂ ਝੰਡੇ ਵੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਬੁਲਣਾ ਜੀ ਵਾਹਿਗੁਰੂ ਵਾਹਿਗੁਰੂ ਆਪ ਜੀ ਦੇ ਸਿੱਖਾਂ ਦਾ ਮਾਨੀ ਵਾਹ ਮਤ ਉੱਚੀ ਮਤ ਪਤ ਕੇ ਰਾਖਿਆ ਫੇ ਕਾਲ ਪ੍ਰਪੜੇ ਪੰਥ ਦੇ ਸਦਾ ਸਿਦਤਾਰ ਪਾਤਸ਼ਾਹ ਜੀ ਗੁਰਦੁਆਰਾ ਨਕਾਣਾ ਸਾਹਿਬ ਗੁਰਦੁਆਰਾ ਗੁਰਧਾਮਾ ਜਨ ਖਾਸਾ ਪੰਥ ਨੂੰ ਛੋੜਿਆ ਗਿਆ ਤਨਾਂ ਦੇ ਖੁੱਲ੍ਹੇ ਦਰਸ਼ਨਦਾਰ ਅਤੇ ਸਿਵਾ ਸਭਾ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇਰ ਵਾਲਿਆਂ ਦੇ ਬਾ ਸਤਿਗੁਰੂ ਨਿਤਾਣਿਆਂ ਦੇ ਤਾਂ ਸਤਿਗੁਰੂ ਨੋਟਿਆਂ ਦੇ ਓਟ ਨਿਆਸਰਿਆਂ ਦੇ ਆਸਰੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਚਰਨਪਨਾ ਵਿੱਚ ਅਰਦਾਸ ਬੇਨਤੀ ਪਾਤਸ਼ਾਹ ਜੀ ਆਪ ਦੀ ਸਮੁੱਚੀ ਸਿਪਾਸ਼ ਮਹਿਤਪੁਰ ਦੀ ਸਮੁੱਚੀ ਸਾਧ ਸੰਗਤ ਸਿਪਾਸ਼ੇ ਹਰ ਸਾਹਿਬ ਦੀ ਤਰ੍ਹਾਂ ਛਿੰਝ ਮੇਲੇ ਸਿਪਾਸ਼ਾ ਜੀ ਉਦਘਾਟਨ ਦੇ ਸੰਬੰਧ ਪਾਤਸ਼ਾਹ ਜੀ ਸਮੁੱਚੀ ਸਾਧ ਸੰਗਤ ਨੂੰ ਅਰਦਾਸ ਬੇਨਤੀ ਆਪਣੀ ਕਿਰਪਾ ਬਖਸ਼ਣ ਪਾਤਸ਼ਾਹ ਜੀ ਅਖਾੜੇ ਦੀ ਪਰਮਤਾ ਵਾਸਤੇ ਸਿਪਾਸ਼ਾਹ ਅਰਦਾਸ ਬੇਨਤੀ ਨੂੰ ਕਿਰਪਾ ਬਖਸ਼ਣੀ ਸਮੁੱਚੇ ਸੇਵਾਦਾਰਾਂ ਨੂੰ ਮਹਿਤਪੁਰ ਦੀ ਸਮੁੱਚੀ ਸਾਧ ਸੰਗਤ ਨੂੰ ਚੜ੍ਹਦੀ ਕਲਾ ਬਖਸ਼ ਕਰਨੀ ਸਤੇ ਪਾਤਸ਼ਾਹ ਜੀ ਕਾਰੋਬਾਰ ਜਵਾਬ ਦੇ ਫਸਲ ਵਾਲੀ ਮਾਲ ਨੁੱਖੀ ਜੀ ਆ ਜਾਂਦੇ ਮੇਰ ਪ੍ਰਾਹਤ ਪਾਤਸ਼ਾਹ ਨੇ ਆਪਣੇ ਸਮੇਂ ਸਹਾਣੇ ਪਾਉਣੇ ਚੜ੍ਹਦੀਆਂ ਕਲਾ ਬਖਸ਼ਣ ਸਵਾ ਸੰਗਤਾਂ ਦੇ ਕਾਰਜ ਰਾਸ ਕਰਨੇ ਮਨੋਕਾਮਨਾ ਪੂਰੀਆਂ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਆਪਸੀ ਪਿਆਰ ਸੁਹਾਗੀਆਂ ਸੁੱਖ ਵਰਤਾਉਣੀ ਆਉਣ ਵਾਲੇ ਸਮੇਂ ਸਹਾਣੇ ਆਪਣੇ ਪਾਤਸ਼ਾਹ ਜੀ ਸਮੁੱਚੇ ਪਾਤਸ਼ਾਹ ਪਹਿਲਵਾਨਾਂ ਨੂੰ ਸਮੁੱਚੇ ਸਾਧ ਸੇਵਾਦਾਰਾਂ ਨੂੰ ਦੇਹ ਰੋਗਤਾ ਤੰਦਰੁਸਤ ਬਖਸ਼ ਕਰਨੀਆਂ ਚੜ੍ਹਦੀਆਂ ਕਲਾ ਬਖਸ਼ਣ ਪਾਤਸ਼ਾਹ ਅੰਦਰੋਂ ਕੁਲ ਖੁਸ਼ੀਆਂ ਬਖਸ਼ਾ ਰਹੀਆਂ ਹਰਮਦਾਨ ਫਤਿਹ ਬਖਸ਼ ਨੇ ਆਪਣੀ ਮਹਾਨ ਕਿਰਪਾ ਬਖਸ਼ਦਾ ਪਾਤਸ਼ਾਹ ਅਖਾੜ ਦੀ ਪਰਮਤਾ ਦੀ ਆਗਿਆ ਬਖਸ਼ਿਸ਼ ਕਰੋ ਉਸਦੇ ਪਾਤਸ਼ਾਹ ਸੇਵਕਾਂ ਦੇ ਕਾਰਜ ਰਾਸ ਕਰਨੇ ਮਨੋਕਾਮਨਾ ਪੂਰੀਆਂ ਕਰਨੀਆਂ ਸਪਾਦੇ ਪਾਤਸ਼ਾਹ ਮਨੋਕਾਮਨਾ ਪੂਰੀਆਂ ਕਾਰਜ ਰਾਸ ਕਰਨੇ ਅੰਗ ਸਹਾਇਤਾ ਕਰਨੀ ਹਰਮਦਾਨ ਫਤਿਹ ਬਖਸ਼ਣੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈਲੋ
देह शिवा बरमोहे इहे शुभ कर्मन से कब हूं न डरूं, ना डरूं अर्शों जब जाए लरूं, निश्चय कर अपनी जीत करूं। मल्ला अखाड़ा जुगा जुगंतर तो चलती आई ओ रीत है, ओ सबब, ओ खेड, उस पवित्रता अखाड़े दी जिन्होंने साहिब श्री गुरु अंगद देव जी महाराज दी मल्ला अखाड़ा रचाया करते सन। पंचम पातशाह साहिब श्री गुरु अर्जन देव जी महाराज अपने मुखारविंद तो फरमान करते हैं, हां गुसाई का पहल बांधड़ा मैं गुरमिल उच्च दमालड़ा होई शिंज इकट्ठिया दियो बैठा देखे आप दियो। अज मैतपुर की पवित्र धरती के उपर नगर निवासी एन आई भरा प्रदेश तो आए हुए उन्होंने पतवंत सज्जनों के बहुत बड़े उद्यम के नाल शिंज मेला कराया जा रहा है। जितों तक मेरी आवाज पहुंचती है वक् वक् अखाड़िया के मलां नूं मैं तक रहा है, वेखो सामने दंगल पख्या होया है। ये वो अखाड़ा है, ये वो पवित्र धरती है जिस धरती से दुनिया भर के प्रसिद्ध वो पहलवाना ने उन्होंने मल्ला ने शिरकत करके इस धरती के उपर अपने जोहर के दम के उपर अपने आर्ट के दम के उपर दुनिया नु सार किया है। और ढोल के डगे के उपर आज दे इस शिंज मेले के पवित्र शिंज अखाड़े के क्योंकि जिहड़ा ढोल है खुशी के मौके के उपर बजाया जाने वाला साज है। वेखो सामने दो जोड़ियां घुल रही हैं जेले बच्चे। हेलो, हाँ जी, हाँ जी, बहुत बहुत धन्यवाद जी। पहलवान वीरां नूं बेनती है भाजी गड्डी बाहर पार्किंग दे विच जगह दे के लगा दिओ, जगह की प्रॉब्लम आ, गड्डी ना वीर अंदर लाओ कोई भी पहलवान। और बाकी दर्शक वीरां नूं भी बेनती है कि रास्ते विच इधर सड़क वाले रास्ते हाँ जी ठीक है जी। सो मैं गल कर रहा कि सामने दो जोड़ियां घुल रही हैं जिथे आए थे इस अखाड़े दे विच ओ महान उस चोटी पहलवाना ने चोटी के पहलवाना ने शिरकत करनी है जिले विच पहला पटका सुरगवासी मोहन सिंह जी समरा सन ऑफ स्वर्ण सिंह जी समरा के परिवार के वालों 71,000 रुपया पहली जिहड़ी पटके की कुश्ती है उन्होंने वालों स्पोंसर की गई है, मैं धन्यवाद करांगा। और जिहड़ी सैकेंड दूसरा पटका होगा 61,000 रुपए का स्वर्गवासी धनपत सिंह जी समरा ते स्वर्गवासी दौलत सिंह जी समरा के परिवार के वालों उन्हां महान रूहां नूं याद करदे आ दूसरा पटका दिता गया है 61,000 रुपया। रब चाहे तां बुलियां उत्तों हासे खो लैंदा है, औलाद दे कोलों मापे मापिया कोलों औलाद नूं खो लैंदा है, उहदी करनी अगे कुछ करिया जांदा नहीं, जान वालियां दे नाल लोको मरिया जांदा नहीं, पर उन्हां दीआं यादां जिहड़ियां दिल दे विच समाईआं जांदीआं है। तीसरा जिहड़ा पटका होवेगा 41,000 रुपए दा। हाँ जी बहुत बहुत धन्यवाद जी। हाँ जी जिहड़े छोटे पहलवान बच्चे आ उन्हां नूं बेनती है कि अज कोई भी अखाड़े दे विच ना कुश्ती करे, कल उन्हां दीआं खुल्लियां कुश्तियां असीं करवा दित्तियां कमेटी वालों, अज सदे हुए अखाड़िया दीआं कुश्तियां स्पैशल कुश्तियां और चार कुश्तियां पटके दीआं करवाईआं जाणगीआं। इस करके बच्चों नूं बेनती है कि कोई भी अखाड़े अंदर घुलण दी खेचल ना करियो, और उन्हां दे उस्ताद साहिबान नूं बेनती है कि अज वड्डियां कुश्तियां होणगीआं पटके दीआं कुश्तियां स्पैशल कुश्तियां और सदे हुए अखाड़िया दीआं कुश्तियां करवाईआं जाणगीआं। इस करके सारे प्यार दा सबूत दिओ और छिंज मेले दी रौनक नूं वधाओ जी, मेहरबानी। थैंक यू। जिस तरह मुख स्टेज दे उपरों दस्सा गया है कि सदे हुए अखाड़िया दे पहलवाना दे विच मल्ला दे विच कुश्ती कराई जाएगी, मैं जिक्र कर रहा सा 41,000 रुपए का तीसरा पटका स्वर्गवासी धनपत सिंह जी समरा ते स्वर्गवासी दौलत सिंह जी समरा सिंह जी जिन्हां दे वल्लों 21,000 रुपया चौथे पटके की कुश्ती दे दित्ता गया है, नाले जिहड़ा 10,000 रुपया उपरोंतकी कमेटी दे वल्लों दित्ता जाएगा। मैं सारे सज्जनां दा जिथे धन्नवाद करा क्योंकि पहला
ਜ਼ਿਕਰ ਕਰਾਂਗਾ ਉਹਨਾਂ ਦਾਨੀ ਸੱਜਣਾਂ ਦਾ ਜਦੋਂ ਤੱਕ ਆ ਜਿਹੜੀਆਂ ਕੁਸ਼ਤੀਆਂ ਦੇ ਨੌਜਵਾਨ ਘੋਲ ਕਰ ਰਹੇ ਹੈ ਬਹੁਤ ਜ਼ਰੂਰੀ ਜਿਹੜੇ ਕੰਮ ਕਰਾਂਗਾ ਜਿੱਥੇ ਮੈਂ ਬਹੁਤ ਬਹੁਤ ਸਤਿਕਾਰ ਕਰਾਂਗਾ ਖਾਲਸਾ ਦੰਗਲ ਕਮੇਟੀ ਕਿਉਂਕਿ ਸ਼ੁਰੂ ਮੈਂ ਇੱਥੋਂ ਕੀਤਾ ਹੈ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਕਰੂੰ ਨਿਵਾਸ ਅੱਜ ਮੈਂ ਵਧਾਈ ਦੇਵਾਂਗਾ ਸਾਡੇ ਬਹੁਤ ਹੀ ਸਤਿਕਾਰਯੋਗ ਜੋ ਯੂਕੇ ਦੇ ਵਸਨੀਕ ਨੇ ਚੇਅਰਮੈਨ ਸਰਦਾਰ ਬਲਵੰਤ ਸਿੰਘ ਜੀ ਸਮਰਾ ਸਾਹਿਬ ਜੋ ਮੁੱਖ ਸੇ ਦੇ ਉੱਪਰ ਸ਼ੁਭਤ ਨੇ ਬਹੁਤ ਬਹੁਤ ਸਤਿਕਾਰ ਕਰਦਾ ਕਿਉਂਕਿ ਪਹਿਲੀ ਵਾਰੀ ਮਹਿਤਪੁਰ ਦੀ ਇਸ ਪਵਿੱਤਰ ਧਰਤੀ ਦੇ ਦਰਸ਼ਨ ਹੋਏ ਆ ਦਾਸ ਬਲਜਿੰਦਰ ਘੁੰਮਣ ਨੂੰ ਨਾਲੇ ਪ੍ਰਧਾਨ ਸਰਦਾਰ ਦੀਦਾਰ ਸਿੰਘ ਜੀ ਸਮਰਾ ਸਾਹਿਬ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਇਸ ਅਖਾੜੇ ਦੇ ਵਿੱਚ ਨਿਭਾ ਰਹੇ ਹੈ ਸਰਦਾਰ ਹਰਨੇਕ ਸਿੰਘ ਜੀ ਸਮਰਾ ਸਾਹਿਬ ਸਰਦਾਰ ਗੁਰਮੀਤ ਸਿੰਘ ਜੀ ਸਮਰਾ ਸਾਹਿਬ ਸਰਦਾਰ ਹਰਦੀਪ ਸਿੰਘ ਜੀ ਸਮਰਾ ਸਾਹਿਬ ਸਰਦਾਰ ਜਤਿੰਦਰ ਸਿੰਘ ਜੀ ਸਮਰਾ ਸਾਹਿਬ ਅਤੇ ਸਰਦਾਰ ਸੁਖਦੇਵ ਸਿੰਘ ਜੀ ਸਮਰਾ ਸਾਹਿਬ ਦਾ ਜਿੱਥੇ ਧੰਨਵਾਦ ਹੈ ਉੱਥੇ ਸਰਦਾਰ ਕੁਲਦੀਪ ਸਿੰਘ ਜੀ ਉੱਪਲ ਲਖਵਿੰਦਰ ਸਿੰਘ ਜੀ ਸਮਰਾ ਸਾਹਿਬ ਅਤੇ ਪਰਮਜੀਤ ਸਿੰਘ ਜੀ ਮੱਟੂ ਇਹ ਸਾਰੀਆਂ ਮਾਣਮੱਤੀਆਂ ਸ਼ਖਸ਼ੀਤਾਂ ਬਹੁਤ ਵੱਡੀ ਜ਼ਿੰਮੇਵਾਰੀ ਨਿਭਾ ਰਹੀਆਂ ਜਿੱਥੇ ਮੈਂ ਸਤਿਕਾਰ ਕਰਾਂਗਾ ਸਰਬਜੀਤ ਸਿੰਘ ਜੀ ਮੱਟੂ ਸਾਹਿਬ ਉੱਥੇ ਸਰਦਾਰ ਨਿਰਮਲ ਸਿੰਘ ਜੀ ਸਮਰਾ ਨਰਿੰਦਰ ਸਿੰਘ ਜੀ ਸਮਰਾ ਸਾਹਿਬ ਪਰਮਜੀਤ ਸਿੰਘ ਜੀ ਸਮਰਾ ਸਾਹਿਬ ਸਰਦਾਰ ਸੁਖਦੇਵ ਸਿੰਘ ਜੀ ਢਿੱਲੋਂ ਬਲਕਾਰ ਸਿੰਘ ਜੀ ਖਿੰਡਾ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਔਰ ਸੂਚਨਾ ਬਹੁਤ ਹੀ ਵਧੀਆ ਕਿ ਚਾਰ ਲੜਕੀਆਂ ਦੀਆਂ ਸ਼ਾਦੀਆਂ 13 ਤਰੀਕ ਨੂੰ ਸੇਵਾਦਾਰਾਂ ਦੇ ਵੱਲੋਂ ਕੀਤੀਆਂ ਗਈਆਂ ਇਹ ਬਹੁਤ ਵੱਡਾ ਦਾਨੀ ਸੱਜਣਾ ਦਾ ਮੈਂ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਾਂਗਾ ਵੇਖੋ ਸਾਹਮਣੇ ਜੋੜੀਆਂ ਜੋੜੀਆਂ ਜੱਗ ਥੋੜੀਆਂ ਅਤੇ ਨਰਲ ਬਥੇਰੇ ਕਿਉਂਕਿ ਕੁਝ ਰੁਝੇਵੇਂ ਨੇ ਉਸ ਤੋਂ ਬਾਅਦ ਮੈਂ ਇਕੱਲੇ ਇਕੱਲੇ ਭਲਵਾਨ ਦਾ ਨਾਮ ਅਖਾੜਾ ਅਤੇ ਸਰਨਾਮਾ ਤੁਹਾਡੇ ਨਾਲ ਸਾਂਝਾ ਕਰਾਂਗਾ ਇੱਥੇ ਮੈਂ ਇੱਕ ਗੱਲ ਦਾ ਜ਼ਿਕਰ ਕਰ ਦੇਵਾਂ ਕਿਉਂਕਿ ਭਲਵਾਨ ਅਤੇ ਭਗਵਾਨ ਦਾ ਦਰਜਾ ਉਹ ਇੱਕ ਮੰਨਿਆ ਜਾਂਦਾ ਹਾਂ ਗੁਸਾਈ ਕਾ ਪਹਿਲ ਬੰਨਲਾ ਮੈਂ ਗੁਰਮਿਲ ਉੱਚ ਦਮਾਲਣਾ ਹੋਈ ਸ਼ਿੰਜ ਇਕੱਠੀਆਂ ਦਿਓ ਬੈਠਾ ਦੇਖੇ ਆਪ ਜੀਓ ਕਿਉਂਕਿ ਇਸ ਦੇ ਵਿੱਚ ਵੀ ਜ਼ੋਰ ਦੀ ਗੱਲ ਹੋਵੇਗੀ ਸਰਦਾਰ ਬਲਵੰਤ ਸਿੰਘ ਜੀ ਸਮਰਾ ਸਾਹਿਬ ਜਿਸ ਤਰ੍ਹਾਂ ਪਹਿਲੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰਬਾਣੀ ਦੇ ਵਿੱਚ ਜ਼ੋਰ ਦੀ ਗੱਲ ਕਰਦੇ ਆ ਜ਼ੋਰ ਨਾ ਸੁਰਤੀ ਗਿਆਨ ਵਿੱਚਾ ਜ਼ੋਰ ਨਾ ਜੁਗਤੀ ਛੁੱਟੇ ਸੰਸਾਰ ਸੋ ਜਿੱਥੇ ਮੈਂ ਦਾਨੀ ਸੱਜਣਾ ਦਾ ਧੰਨਵਾਦ ਕਰਾਂਗਾ ਉੱਥੇ ਵੱਖ ਵੱਖ ਅਖਾੜੇ ਦੇ ਜਿੰਨੇ ਵੀ ਮੱਲ ਪਹੁੰਚ ਰਹੇ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਪਲੀਜ਼ ਅਖਾੜੇ ਨੂੰ ਸਲਾਮੀ ਦੇ ਕੇ ਅਖਾੜੇ ਦੇ ਵਿੱਚ ਬਿਰਾਜਮਾਨ ਹੋਣ ਦੀ ਕਿਰਪਾਲਤਾ ਕਰਨ ਤਾਂ ਜੋ ਪ੍ਰਬੰਧਕੀ ਕਮੇਟੀ ਦੇ ਵੱਲੋਂ ਬਹੁਤ ਹੀ ਸੋਹਣੇ ਸ਼ੈਡਿਊਲ ਦੇ ਨਾਲ ਸਾਰੇ ਅਖਾੜਿਆਂ ਦੀਆਂ ਜਿਹੜੀਆਂ ਕੁਸ਼ਤੀਆਂ ਕਰਾਈਆਂ ਜਾਣ ਸਾਹਮਣੇ ਦੇਖੋ ਨੌਜਵਾਨੋਂ ਵੱਖ ਵੱਖ ਦਾ ਇਸ ਅਖਾੜੇ ਦੇ ਵਿੱਚ ਕੋਈ ਕਲਾ ਜੰਗ ਕੜਿੰਗਾ ਇਹ ਵੱਖ ਵੱਖ ਦਾ ਜਿਹੜੇ ਕੋ ਸਾਹਿਬ ਦੱਸਦੇ ਹੈ ਇੱਧਰ ਜੋੜੀ ਘੁਲ ਕੇ ਜਿਹੜੀ ਵਾਪਸ ਆ ਰਹੀ ਹੈ ਅਤੇ ਪਰਚੀ ਉੱਧਰ ਖਾਲਸਾ ਜੀਆਂ ਦੇ ਕੋਲੋਂ ਮਿਲੇਗੀ ਜਿੱਥੇ ਮੈਂ ਸਤਿਕਾਰ ਕਰਾਂਗਾ ਇੰਗਲੈਂਡ ਦੇ ਵਿੱਚ ਦਾਨੀ ਸੱਜਣ ਜਿਹੜੇ ਵਸਨੀਕ ਨੇ ਉਹਨਾਂ ਤੋਂ ਬਹੁਤ ਵੱਡਾ ਅੱਜ ਦੇ ਇਸ ਦੰਗਲ ਸ਼ਿੰਜ ਕਮੇਟੀ ਦੇ ਲਈ ਮਾਇਆ ਦਾ ਦਾਨ ਦਿੱਤਾ ਗਿਆ ਸਰਦਾਰ ਨਿਰਮਲ ਸਿੰਘ ਜੀ ਸਾਨੂੰ ਪ੍ਰੀਤਮ ਸਿੰਘ ਜੀ ਸਮਰਾ ਸਾਹਿਬ ਇੰਗਲੈਂਡ ਵਾਲੇ 21,000 ਰੁਪਈਆ ਸਰਦਾਰ ਸਤਨਾਮ ਸਿੰਘ ਜੀ ਸਾਨੂੰ ਗੁਰਦਾਬਰ ਸਿੰਘ ਜੀ ਦਿਓਲ ਸਾਹਿਬ ਜਿਹਨਾਂ ਦੇ ਵੱਲੋਂ ਅੱਜ ਦੇ ਖੇਡ ਮੇਲੇ ਦੇ ਲਈ 10,000 ਰੁਪਈਆ ਸਰਦਾਰ ਚਰਨਜੀਤ ਸਿੰਘ ਜੀ ਸਾਨੂੰ ਗੁਰਦਾਬਰ ਸਿੰਘ ਜੀ ਦਿਓਲ ਸਾਹਿਬ 10,000 ਰੁਪਈਆ ਇੰਗਲੈਂਡ ਵਾਸੀ ਨੇ ਸਰਦਾਰ ਕੁਲਵਿੰਦਰ ਸਿੰਘ ਜੀ ਕਹਿੰਦਾ ਸਾਨੂੰ ਪਵਿੱਤਰ ਸਿੰਘ ਜੀ ਸਮਰਾ ਸਾਹਿਬ 10,000 ਰੁਪਈਆ ਇੰਗਲੈਂਡ ਵਾਲੇ ਸਰਦਾਰ ਮੰਗਲ ਸਿੰਘ ਜੀ ਸਾਨੂੰ ਸਵਰਨ ਸਿੰਘ ਜੀ ਸਮਰਾ ਸਾਹਿਬ ਯੂਕੇ 5,100 ਰੁਪਈਆ ਸਰਦਾਰ ਗੁਰਦੀਪ ਸਿੰਘ ਜੀ ਸਾਨੂੰ ਸਵਰਨ ਸਿੰਘ ਜੀ ਸਮਰਾ ਸਾਹਿਬ 5,100 ਸਰਦਾਰ ਅਵੀ ਅਵਤਾਰ ਸਿੰਘ ਜੀ ਸਮਰਾ ਸਾਹਿਬ ਦਾ ਮੈਂ ਸਤਿਕਾਰ ਕਰਾਂਗਾ 5,100 ਰੁਪਈਆ ਸਰਦਾਰ ਦਰਬਾਰਾ ਸਿੰਘ ਜੀ ਸਾਨੂੰ ਦਸੌਂਦਾ ਸਿੰਘ ਜੀ ਹਰੀਪੁਰ ਵਾਲੇ ਇੰਗਲੈਂਡ ਦੇ ਵਸਨੀਕ ਨੇ 5,100 ਰੁਪਈਆ ਸਰਦਾਰ ਜਸਪ੍ਰੀਤ ਸਿੰਘ ਜੀ ਲਾਲੀ ਸਾਹਿਬ 2100 ਰੁਪਈਆ ਜੋ ਇੰਗਲੈਂਡ ਦੇ ਵਸਨੀਕ ਨੇ ਇਹਨਾਂ ਦੇ ਵੱਲੋਂ ਦਿੱਤਾ ਗਿਆ ਹੈ ਨਾਲ ਉੱਧਰ ਵੱਖ ਵੱਖ ਅਖਾੜਿਆਂ ਦੀਆਂ ਜਿਹੜੀਆਂ ਪਰਚੀਆਂ ਦਿੱਤੀਆਂ ਜਾ ਰਹੀਆਂ ਅਤੇ ਮੱਲ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਮੱਲਾ ਅਖਾੜੇ ਦੇ ਵਿੱਚ ਆ ਕੇ ਆਪੋ ਆਪਣੇ ਕਲਾ ਦਾ ਜ਼ੋਹਰ ਦਿਖਾ ਰਹੇ ਹੈ ਸਾਹਮਣੇ ਮੁੰਡੇ ਦਾ ਸਰੀਰ ਦੇਖ ਲਓ ਆ ਬੇਸ਼ੱਕ ਫੁੱਲ ਜਿਹਾ ਵਜਨ ਦਾ ਅਖਾੜੇ ਦਾ ਵਜਨ ਦੀ ਕੁਸ਼ਤੀ ਖੇਡੇਗਾ ਪਰ ਸਰੀਰ ਸ਼ਾਟਵਾਂ ਬਹੁਤ ਹੀ ਸੋਹਣਾ ਅੱਜ ਦੇ ਮੱਲ ਅਖਾੜੇ ਦੇ ਵਿੱਚ ਬਹੁਤ ਹੀ ਸੋਹਣੀਆਂ ਸਰਦਾਰ ਦੀਦਾਰ ਸਿੰਘ ਜੀ ਸੇਵਾਵਾਂ ਦੇ ਰਹੇ ਹੈ ਥੋੜ੍ਹਾ ਥੋੜ੍ਹਾ ਜਿਹੜਾ ਤਪਸ਼ ਹੈ ਪਰ ਠੰਡਾ ਹੋ ਜਾਵੇਗਾ ਮੈਂ ਇੱਥੇ ਇੱਕ ਜ਼ਿਕਰ ਕਰਾਂਗਾ ਹਾਂਜੀ ਮੰਗਾ ਭਾਜੀ ਜਿੱਥੇ ਮੇਰੀ ਆਵਾਜ਼ ਸੁਣਦਾ ਹੈ ਪ੍ਰਧਾਨ ਸਾਹਿਬ ਸਰਦਾਰ ਦੀਦਾਰ ਸਿੰਘ ਜੀ ਨੂੰ ਆ ਕੇ ਜ਼ਰੂਰ ਮਿਲ ਲੈ
मेहनत का मुल पै के रहा सच सियाने कहते ने फल उस ही बाग के बचते ने पहरे जेड़े बाग से रेंदे ने सरदार हरदीप सिंह जी सॉरी सरदार हरदीप सिंह जी मंगा जिथे मेरी आवाज सुनता होदार हरदीप सिंह जी आके संपर्क बना लवे मेहनत का मुल पै के रहा सच सियाने कहते ने फल उस ही बाग के बचते ने पहरे जेड़े बाग से रेंदे ने दुनिया पप्पा पार होके तकती जद जोर जोर कहते ने रकड़ा बालिया शिकारी पक्के जड़े उड़ते परिंदिया के भर गण लेंदे ने जिथे मैं कनेडा निवासियों का बहुत बहुत सत्कार करांगा सरदार अमरजीत सिंह जी समरा साहब 11,000 रुपया सरदार बलदेव सिंह जी मान साहब ब्लोकी 11,000 रुपया स्वर्गत श्री मुख्तार सिंह जी समरा के परिवार के वलों 11,000 रुपया सरदार भजन सिंह जी मट्टू साहब 10,000 रुपया सरदार रणजीत सिंह जी सनोब गांता सिंह जी मट्टू साहब 10,000 रुपया सरदार सुखविंदर सिंह जी ते मास्टर लखविंदर सिंह जी समरा साहब सनोब सरदार अवतार सिंह जी 5,100 रुपया सरदार जोगा सिंह जी सनोब दसौंतार सिंह जी हरिपुर वाले 5,100 रुपया ये कैनेडा के वसनीक ने नाले मैं धन्यवाद करा सरदार चमकौर सिंह जी सनोब शिंगारा सिंह जी जौहल साहब 5,100 सरदार तीर सिंह जी उपल बीर पिंड वाले जिन्हां दे वलों 5,000 रुपया सरदार गुरनाम सिंह जी सनोब धना सिंह जी कलेर 5,000 रुपया सरदार रजेंद्र सिंह जी निंदा सनोब पाक सिंह जी समरा 5,000 रुपया इन्हां दानी सज्जनां दा जिथे मैं धन्यवाद करांगा क्योंकि उर्दू का शायर अलामा इकबाल लिखता है मिटा दे अपनी हस्ती को अगर कुछ मरतबा चाहिए क्योंकि दाना खाक में मिलकर गुले गुलजार होता है वख वख अखाड़िया के पलवान उन्हां दे पट्ठे अज दे इस अखाड़े दे विच आके विराजमान होए आ सलामी दे के मैं वख वख सारे उस्तादां दा इत्थे धन्नवाद करांगा क्योंकि किसी शायर ने लिखा है मंजिलां तक कदे ना उपड़न बिन गुरुआं तो चेले खिडारियां वाजो मैदान नहीं सौंदे ते दर्शकां वाजो मेले जिथे यूनाइटेड स्टेट अमेरिका धन्नवाद करांगा उन्हां दानी सज्जनां दा सोनू चीमा उन्हां दे वलों अपने पिता जसवंत सिंह जी चीमा जिया की याद नूं समर्पित उन्हां नूं याद करदिआं होवे खुशियां दा मुलकार सदा कोई विच गमां दे रोवे ना घर पक्के भी वसे रहन रब्बा कोठा किसी गरीब दा चोवे ना धीआं नूं भी मिले सत्कार पूरा रब दे के पुत किसे नूं खोवे ना बंटी मां भी जरूरी जग उत्ते ते बापू नूं भी कुछ होवे ना 21,000 रुपया उन्हां दे वल्लों दित्ता गया है सरदार इकबाल सिंह जी ढिल्लों साहब 8,000 रुपया जो अमेरिका के वसनीक ने इन्हां दानी सज्जनां दा एक बार फिर धन्नवाद करांगा लो सामने वेखो वख वख अखाड़िया के वल हैलो हाँ जी बहुत बहुत धन्यवाद जी जेडे पहलवाना दियां कोश्तियां हले स्टार्ट नहीं हुई उन्होंने बेनती है पिछे लाइन बना के बैठ जाओ अखाड़े में भी रश ना पाओ हाँ जी भाई हैलो छिंज मेला हजे स्टार्ट होया इनामी पहलवान इतने शिरकत कर रहे हैं पहुंच रहे हैं इस करके जेड़ा अखाड़े का अनुशासन हाँ जी अखाड़े के अनुशासन कायम रखना है। सारे भलवाना बेनती है कि जेड़े जिन्हें अजे कुश्ती नहीं छड़ाई जाएगी वो प्लीज अखाड़े को सलामी देकर अखाड़े दे बैठन की कृपालता करेंगे सरदार हरनेक सिंह जी तो सरदार बलवीर सिंह जी सन ऑफ सरदार चलन सिंह जी समरा साहब जर्मन के वसनीक ने 10,000 रुपया जिथे हरजीवन सिंह जी राणा सन ऑफ गुलजार सिंह जी जर्मन वाले 5,000 रुपया सरदार केवल सिंह जी सन ऑफ चंद्र सिंह जी समरा साहब 5,100 रुपया हाँ जी हैलो हाँ जी काटा वाली कुश्तियां शुरू कमेटी मैंबर करवा जा रहे हैं बाकी पहलवानों को बेनती है कि पिछे भी लाइन के बैठ जाओ अखाड़े के रश ना पाओ और जेड़े सदे हुए अखाड़िया के पहलवान हाले तक अखाड़े में नहीं आके बैठे उन्होंने बेनती है कि आपो अपनी जगह आके साथ जान कमेटी मैंबर तुहाडे जोड़ करा के कुश्तियां शुरू करवाउणगे दोबारा फिर बेनती है दर्शक वीरां दा जिथे धन्नवाद है उत्थे उन्होंने बेनती भी है कि तुसीं आपो अपने गड्डियां मोटरसाइकिल इधर टावर के नाल पार्किंग बनी हुई है उत्थे तुसीं अपनियां गड्डियां मोटरसाइकिल लगा सकते हो और स्टेडियम खुला तुहाडे वास्ते बैठण वास्ते तैयार है तुसीं आपो अपनी जगह पर विराजमान हो के मेले का आनंद माण सकते हो और जिन्हां दानी सज्जणां दे इनाम
हाँ जी जी थैंक यू कैरी ऑन कर दिया करो जी बहुत थैंक्स है जिथे मैं हालैंड वासी दानी सज्जना का धन्यवाद करांगा ये मैं नाम उन्होंने दानी सज्जना के बोल रहा है जिन्होंने अज्ज के छिंज मेले के अपना बहुत बड़ा योगदान पाया हालैंड वासी दानी सज्जना के मैं नाम थोड़े नाल सांझे करांगा जिन्होंने वालों 15,000 रुपया दिता गया है कुलवंत सिंह जी मड़ियाल गुलविंद सिंह जी शमशाबाद गुरदेव सिंह जी गिल प्रीतपाल सिंह जी महल कला दर्शन सिंह जी गिल शाहपुर बलविंद सिंह जी दूलो नंगल कुलविंद सिंह जी दूलो नंगल भाई मच्छी वाला जयश्री हाँ जी हेलो हाँ जी मेहरबानी जी दर्शक वीरां नूं बेनती है कि साडे कोल सदे हुए मुख मेहमान थोड़ी देर बाद इत्थे आउणगे विराजमान होणगे उस स्टेज ते उही मुख मेहमान उन्हां दे नाल जो सत्कारयोग शख्सियतां आउणगियां उन्हां दे बैठण वास्ते कुर्सियां कमेटी वल्लों लगाईआं गईआं हन बाकी दर्शक वीरां वास्ते दर्शक वीरां नूं बेनती है कि स्टेज दे खब्बे और सज्जे दोनों पासे उपर चाणियां छां वास्ते लगियां हन स्टेडियम बड़ा साफ करा के खुले तौर पर असीं तैयार करवाया है तुसीं सारे आपो अपनी जगह पर बैठ के आनंद माण सकते हो और अज दूर दूर तो इनामी पहलवान जो इस अखाड़े शिरकत करनगे और पहले पटके की जो कुश्ती अज होएगी साबा कोहाली बरसे जस्सा पट्टी दूसरे नंबर पर पम्मा डेरा बाबा नानक और उहदे नाल बग्गा कोहाली वालियां की कुश्ती होएगी उस तो अगे तीसरी कुश्ती पटके की अमित रोहतक शिंदा नरंगवाल चौथे नंबर पर हरमन आलमगीर और योधा अटारी और नाल दी नाल बेनती है कि जिहड़े दानी सज्जणा दा नाम भाजी वल्लों अनाउंस किया जाएगा वो जदों मान सन्मान वंडे जाणगे उस तरह अपने नाम क्लीयर करके तुसीं अपना मान सन्मान लै जायो और हुण जिथे भी तुहानूं जगह मिलती है स्टेडियम विच सुशोभित होण दी कृपालता करो तां जो मेले की रौनक वधिया बन सके और बेनती है सारियां नूं कि आप अनुशासन के रह के ये मेला करवाना है अखाड़े के राशन पाओ कोई और रैफरी साहबान बेनती है कि बहुत ही ख्याल के नाल तुसीं ये कुश्तियां करवाउणियां कोई भी पहलवान एक दूसरे के सट पीट ना मारे बड़े प्यार नाल कुश्तियां करवाओ मेहरबानी जी सो जिथे मैं मुख स्टेज के उपर सारिया माणमत्तियां शख्सियतों का धन्यवाद करता है आ सामने देखो पूरा जोर लगा हुआ शरीर बहुत ही सोहना मुंडे का भी जिहड़ियां कुश्तियां शुरू हो चुकी हैं अमित सिंह ते नाल मट्टू वख-वख दा जिहड़े पहलवान दसदे आ उस्ताद लोग मंजिलां तक कदे ना उपड़न बिन गुरुआं तो चेले पहलवान जी बैठ जाओ पहलवान जी जिन्हां दे कोल पर्चियां पिछे बैठ जाओ लाइन बना के खड़े दे साइड ते कुश्तियां होण दिओ तुहाडियां बारी सर कुश्तियां करवाईआं जाणगीआं हां जी मैं एक बेनती करांगा सरदार बलवंत सिंह जी समरा साहब थानू कि जिहड़ा अखाड़े दे विच पैर नहीं रखा जा रहा जे टेंकर वाला मेरा वीर कोई लागे होवे ते पानी जिहड़ा छिड़काउणा बहुत ही जरूरी है क्योंकि जिहड़ा अखाड़ा बहुत ही गर्म है बहुत ज़्यादा गर्म है जिहड़ा पैर भी टिकाउणा औखा ते इहनां मल्लां दे लई थोड़ी मुसीबत थोड़ी मुश्किल आवेगी कोई काल करियो अखाड़े दे इस पानी नूं जिहड़ा छिड़का बहुत ही जरूरी है आ जिहड़ी कुश्ती होणी है दोने पलवाना दे विच बुद्धू तलवण अखाड़ा बाह खड़ी कर जाना और दूसरे पासे जिहड़ा नौजवान नाल नकोदर अखाड़े तो प्रेम बुद्धू तलवण ते नकोदर नकोदर शहर जिहड़ा पीरां पैगंबरां दी धरती तुसीं सारे जाणदे हो दोनों दियां हाथ जोड़ियां हो चुकियां है मां मिट्टी नूं मत्थे दे उपर लाया है ये गोरी चिट्टी है दा रंग संदूरी है इहनूं मैली ना करो मेरे देश की मिट्टी है पंजाब की धरती वह धरती है जिस धरती ने बली पीर पैगंबर वख वख दा हुंदे ने हर गेम दे विच वख वख दा जिहड़े है वह मल्ला अखाड़ियां दे जिहड़े लाउणे पैंदे है मैं सारी मैनेजमेंट कमेटी का धन्यवाद करांगा मैं गल कर रहा सी पंजाब की धरती जिस धरती ने शहीद भगत सिंह नूं पैदा किया गल करिए अणखीले योधियां दी जिन्हां वक्त फरंगियां नूं पा दिता बदला लिया सी लाला लाजपत दा सांडर्स गोली दे नाल हिला दिता सुटिया बंब असैंबली दे विच जाके तख्त गोरे दा जिन्हां हिला दिता कीता नाल आजादी दे इश्क शेरां रस्सा गोलों
ਦਿੱਤਾ। ਮਾਰਚ 23 ਤੇ 1931 ਦੇ ਦਿਨ ਜੀਵਨ ਕੌਮ ਦੇ ਲੇਖੇ ਲਾ ਦਿੱਤਾ। ਰਾਜਗੁਰੂ ਸੁਖਦੇਵ ਤੇ ਭਗਤ ਸਿੰਘ ਨੇ ਝੰਡਾ ਭਾਰਤ ਦਾ ਵਿਲੰਗ ਚਲਾ ਦਿੱਤਾ। ਪਰ ਜਿਹੜੀ ਮੇਰੇ ਕੋਲ ਪਹੁੰਚਾਈ ਜਾਵੇ ਪ੍ਰਬੰਧਕਾਂ ਦੇ ਵੱਲੋਂ, ਜਿਹੜੀਆਂ ਤਿੰਨ ਤਿੰਨ ਚਾਰ ਚਾਰ ਕੁਸ਼ਤੀਆਂ ਛੜਾਈਆਂ ਜਾਣਗੀਆਂ, ਆਹ ਜਿਹੜੀ ਕੁਸ਼ਤੀ ਹੋਣ ਜਾ ਰਹੀ ਹੈ, ਅਕਲਮ ਕਾਲਾ ਸੰਘ ਹੱਥ ਖੜਾ ਕਰ ਜਵਾਲਾ ਬਾਹ ਖੜੀ ਕਰ ਦਿੰਦੀ ਹੈ। ਤੇ ਦੂਸਰੇ ਪਾਸੇ ਜੇ ਮੈਂ ਕਾਲੇ ਸੰਘਿਆਂ ਦੀ ਗੱਲ ਕਰਾਂ, ਮਲ ਪੈਦਾ ਕੀਤੇ ਹੈ, ਕਬੱਡੀ ਦੇ ਟੋਪਰ ਖਿਡਾਰੀ ਪੈਦਾ ਕੀਤੇ ਹੈ, ਬੱਗਾ ਸ਼ਾਹ ਕੋਟਖਾੜਾ ਅਕਲਮ ਤੇ ਬੱਗਾ ਸ਼ਾਹ ਕੋਟ ਦੋਨਾਂ ਦੇ ਵਿੱਚ ਵੱਜਣ ਦਾ ਜਿਹੜਾ ਇਸ ਵੇਲੇ, ਤੇ ਸਾਹਮਣੇ ਰੁੱਤ ਵੱਲੋਂ ਪੂਰਾ ਦੰਗਲ ਇਸ ਵੇਲੇ ਪੱਕਿਆ ਹੋਇਆ ਹੈ, ਪੂਰਾ ਜ਼ੋਰ ਜੁਗਤੀ ਪੂਰੀ ਜਿੰਦ ਜਾਨ ਜਿਹੜੀ ਲੱਗੀ ਹੋਈ ਹੈ। ਹੈਲੋ, ਹਾਂਜੀ ਹਾਂਜੀ, ਨਾਲ ਦੀ ਨਾਲ ਲਾਈਵ ਟੈਲੀਕਾਸਟ ਚੱਲ ਰਿਹਾ ਹੈ, ਮਾਲਵਾ ਇੰਟਰਨੈਟ ਵਾਲੇ ਇਹ ਸਾਰੇ ਹੀ ਕਵਰੇਜ ਕਰ ਰਹੇ ਹਨ, ਔਰ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ, ਔਰ ਦਰਸ਼ਕ ਵੀਰਾਂ ਨੂੰ ਸੂਚਿਤ ਵੀ ਕਰਦੇ ਹਾਂ ਕਿ ਲਾਈਵ ਟੈਲੀਕਾਸਟ ਨਾਲ ਦੀ ਨਾਲ ਹੋ ਰਿਹਾ ਹੈ, ਔਰ ਖਾਸ ਕਰਕੇ ਪਹਿਲਵਾਨਾਂ ਨੂੰ ਦੱਸ ਰਹੇ ਹਾਂ ਕਿ ਤੁਸੀਂ ਅਨੁਸ਼ਾਸਨ ਦੇ ਵਿੱਚ ਰਹਿ ਕੇ ਵਧੀਆ ਅਖਾੜਾ ਆਪਣੇ ਨੰਬਰ ਸਿਰ ਕੁਸ਼ਤੀ ਤੁਸੀਂ ਕਰੋ, ਔਰ ਰਾਸ਼ਨਾ ਪਾਓ ਦੁਆਰਾ ਫਿਰ ਬੇਨਤੀ ਹੈ, ਔਰ ਜਿਸ ਤਰ੍ਹਾਂ ਤੁਹਾਨੂੰ ਕਮੇਟੀ ਮੈਂਬਰ ਸਾਹਿਬਾਨ ਪਰਚੀਆਂ ਦਿੰਦੇ ਹਨ, ਤੁਹਾਡਾ ਨੰਬਰ ਆਉਂਦਾ ਉਸੇ ਤਰ੍ਹਾਂ ਤੁਸੀਂ ਇਹ ਆਪਣੀ ਕੁਸ਼ਤੀ ਕਲਾ ਦੇ ਜ਼ੋਰ ਦਿਖਾਇਓ, ਔਰ ਬਾਕੀ ਬੇਨਤੀ ਹੈ ਪਿੱਛੇ ਪਲੀਜ਼ ਸਾਈਡ ਦੇ ਹੋ ਕੇ ਬੈਠ ਜਾਓ। ਦਰਸ਼ਕ ਵੀਰ ਆਉਣੇ ਸ਼ੁਰੂ ਹੋ ਗਏ ਹਨ, ਸਾਰਿਆਂ ਦਾ ਧੰਨਵਾਦ, ਸਾਰਿਆਂ ਨੂੰ ਜੀ ਆਇਆਂ, ਮਿਹਰਬਾਨੀ। ਹੌਲੀ ਹੌਲੀ ਦਰਸ਼ਕ ਇਕੱਠੇ ਹੋਣਗੇ, ਹਾਂਜੀ ਹਰ ਸਾਲ ਲੱਖਾਂ ਦੇ ਦਾਤੇ ਦੀ ਯਾਦ ਵਿੱਚ ਖਾਲਸਾ ਦੰਗਲ ਕਮੇਟੀ ਮਹਿਤਪੁਰ ਰਜਿਸਟਰਡ ਵੱਲੋਂ ਇਹ ਛਿੰਜ ਮੇਲਾ ਕਰਵਾਇਆ ਜਾਂਦਾ ਹੈ, ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ, NRI ਵੀਰਾਂ ਦੇ ਸਹਿਯੋਗ ਨਾਲ, ਔਰ ਸਾਰੀ ਸਾਹ ਸੰਗਤ ਦੇ ਸਹਿਯੋਗ ਨਾਲ ਦਾਨੀ ਪਰਿਵਾਰ ਦਾਨ ਕਰਦੇ ਹਨ, ਔਰ ਤਦੇ ਹੀ ਇਹੋ ਜਿਹੇ ਖੇਡ ਮੇਲੇ ਨੇਪਰੇ ਚੜ੍ਹਾਏ ਜਾਂਦੇ ਹਨ। ਅਸੀਂ ਧੰਨਵਾਦ ਕਰਦੇ ਹਾਂ ਸਾਰੇ ਦਾਨੀ ਸੱਜਣਾਂ ਦਾ, ਜਿਸ ਤਰ੍ਹਾਂ ਕਿ ਅੱਜ ਪਟਕੇ ਦੀਆਂ ਚਾਰ ਕੁਸ਼ਤੀਆਂ ਕਰਵਾਈਆਂ ਜਾਣਗੀਆਂ, ਔਰ ਪਹਿਲੇ ਪਟਕੇ ਦਾ ਇਨਾਮ 71,000 ਹੈ, ਜੋ ਉਹ ਸਵਰਗਵਾਸੀ ਮੋਹਨ ਸਿੰਘ ਸਮਰਾ, ਸਨ ਆਫ ਸਵਰਨ ਸਿੰਘ ਸਮਰਾ ਦੇ ਪਰਿਵਾਰ ਵੱਲੋਂ 71,000 ਰੁਪਇਆ ਪਹਿਲੇ ਪਟਕੇ ਦੀ ਕੁਸ਼ਤੀ ਨੂੰ ਦਿੱਤਾ ਜਾਣਾ ਹੈ। ਅਸੀਂ ਕਮੇਟੀ ਵੱਲੋਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਬਹੁਤ ਵੱਡਾ ਸਹਿਯੋਗ ਦੇ ਕੇ ਕਮੇਟੀ ਨੂੰ ਨਿਵਾਜਿਆ ਹੈ। ਇਸੇ ਤਰ੍ਹਾਂ ਦੂਸਰਾ ਪਟਕਾ 61,000 ਰੁਪਏ ਦਾ ਹੈ, ਜੋ ਸਵਰਗਵਾਸੀ ਧਨਪਤ ਸਿੰਘ ਸਮਰਾ ਅਤੇ ਸਵਰਗਵਾਸੀ ਦੌਲਤ ਸਿੰਘ ਸਮਰਾ ਉਹਨਾਂ ਦੇ ਪਰਿਵਾਰ ਵੱਲੋਂ 61,000 ਦਾ ਦੂਸਰਾ ਪਟਕਾ ਉਹ ਦਿੱਤਾ ਜਾਣਾ ਹੈ। ਅਸੀਂ ਉਹਨਾਂ ਦੇ ਵੀ ਸਾਰੀ ਕਮੇਟੀ ਵੱਲੋਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਤੀਸਰਾ ਪਟਕਾ 41,000 ਰੁਪਏ ਦਾ ਸਰਦਾਰ ਅਵਤਾਰ ਸਿੰਘ ਸਵਾਨ ਆਫ ਸਵਰਨ ਸਿੰਘ ਸਮਰਾ ਦੇ ਪਰਿਵਾਰ ਵੱਲੋਂ ਦਿੱਤਾ ਜਾਣਾ ਹੈ, 41,000 ਦਾ ਤੀਸਰਾ ਪਟਕਾ। ਅਸੀਂ ਉਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਕਮੇਟੀ ਵੱਲੋਂ। ਔਰ ਚੌਥਾ ਪਟਕਾ 21,000 ਰੁਪਏ ਦਾ ਸਵਰਗਵਾਸੀ ਸਰਦਾਰ ਗੁਰਦਾਵਰ ਸਿੰਘ ਦਿਓਲ ਉਹਨਾਂ ਦੇ ਪਰਿਵਾਰ ਵੱਲੋਂ ਦਿੱਤਾ ਜਾਣਾ ਹੈ, ਔਰ 10,000 ਰੁਪਏ ਦਾ ਸਹਿਯੋਗ ਸਰਦਾਰ ਗੁਰਦਾਵਰ ਸਿੰਘ ਦੇ ਪਰਿਵਾਰ ਵੱਲੋਂ ਕਮੇਟੀ ਨੂੰ ਹੋਰ ਦਿੱਤਾ ਜਾ ਰਿਹਾ ਹੈ। ਅਸੀਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ, ਔਰ ਅਰਦਾਸ ਕਰਦੇ ਹਾਂ ਲੱਖਾਂ ਦੇ ਦਾਤੇ ਦੇ ਚਰਨਾਂ 'ਚ ਕਿ ਇਸੇ ਤਰ੍ਹਾਂ ਪਰਿਵਾਰਾਂ ਨੂੰ ਚੜ੍ਹਦੀਆਂ ਕਲਾਵਾਂ ਬਖਸ਼ੇ, ਔਰ ਇਹ ਅੱਗੇ ਤੋਂ ਇਸ ਤੋਂ ਵੀ ਵੱਧ ਚੜ੍ਹ ਕੇ ਆਪਣਾ ਸਹਿਯੋਗ ਦੇਣ। ਅਸੀਂ ਦੁਬਾਰਾ ਫਿਰ ਸਾਰੇ NRI ਵੀਰਾਂ ਦਾ, ਸਮੂਹ ਇਲਾਕਾ ਨਿਵਾਸੀਆਂ ਦਾ, ਸਾਰੀ ਸਾਹ ਸੰਗਤ ਦਾ ਧੰਨਵਾਦ ਵੀ ਕਰਦੇ ਹਾਂ, ਸਾਰਿਆਂ ਨੂੰ ਜੀ ਆਇਆਂ ਵੀ ਆਖਦੇ ਹਾਂ। ਔਰ ਮੇਲਾ ਭਰਨਾ ਸ਼ੁਰੂ ਹੋ ਗਿਆ, ਬਹੁਤ ਵਧੀਆ ਕੁਸ਼ਤੀਆਂ ਇਸ ਸਮੇਂ ਅਖਾੜੇ ਦੇ ਵਿੱਚ ਚੱਲ ਰਹੀਆਂ ਹਨ। ਬਾਕੀ ਬੇਨਤੀ ਆ ਪਹਿਲਵਾਨਾਂ ਨੂੰ ਕਿ ਜਿਸ ਤਰ੍ਹਾਂ ਤੁਹਾਡਾ ਨੰਬਰ ਆਉਂਦਾ ਉਸੇ ਤਰ੍ਹਾਂ ਤੁਸੀਂ ਆਪਣੀ ਕੁਸ਼ਤੀ ਦਿਖਾਇਓ, ਔਰ ਆਪਣਾ ਇਨਾਮ ਜੋ ਹੈ ਨਾਲ ਹੀ ਸਾਡੇ ਚੇਅਰਮੈਨ ਸਾਹਿਬ ਸਰਦਾਰ ਬਲਵੰਤ ਸਿੰਘ ਸਮਰਾ ਸਟੇਜ ਦੇ ਖੱਬੇ ਪਾਸੇ, ਉਹਨਾਂ ਨਾਲ ਕਮੇਟੀ ਮੈਂਬਰ ਸਾਹਿਬਾਨ ਬੈਠੇ ਹਨ, ਉਹਨਾਂ ਤੋਂ ਨਾਲ ਦੀ ਨਾਲ ਆਪਣਾ ਇਨਾਮ ਹੈ ਜੋ ਪ੍ਰਾਪਤ ਕਰੀ ਜਾਇਓ। ਔਰ ਧੰਨਵਾਦ ਹੈ ਪ੍ਰਧਾਨ ਸਾਹਿਬ ਸਰਦਾਰ ਦੀਦਾਰ ਸਿੰਘ ਸਮਰਾ, ਸਮੂਹ ਕਮੇਟੀ ਮੈਂਬਰਾਂ ਜਿੱਥੇ ਵੀ ਕਿਸੇ ਦੀ ਕੋਈ ਡਿਊਟੀ ਲੱਗੀ ਹੈ ਬੜੀ ਤਨਦੇਹੀ ਨਾਲ ਨਿਭਾ ਰਹੇ ਹਨ ਸਾਰੇ ਕਮੇਟੀ ਮੈਂਬਰ, ਸਾਰਿਆਂ ਦਾ ਧੰਨਵਾਦ। ਸੱਚੇ ਪਾਤਸ਼ਾਹ ਲੱਖਾਂ ਦਾ ਦਾਤਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ, ਔਰ ਇਸੇ ਤਰ੍ਹਾਂ ਮੇਲੇ ਭਰਦੇ ਰਹਿਣ, ਮੇਲੇ ਲੱਗਦੇ ਰਹਿਣ। ਅਰਦਾਸ ਹੈ ਮਾਲ ਮਨੁੱਖੀ ਸੁੱਖ ਸ਼ਾਂਤੀ ਬਣੀ ਰਹੇ,
ਬੜਾ ਸ਼ੁਕਰ ਹੈ ਸੱਚੇ ਪਾਤਸ਼ਾਹ ਦਾ ਕਿ ਹਰੇਕ ਸਾਲ ਦੀ ਤਰ੍ਹਾਂ ਸਾਰਿਆਂ ਦੇ ਸਹਿਯੋਗ ਨਾਲ ਇਹ ਸ਼ਿੰਜ ਮੇਲਾ 14 ਔਰ 15 ਤਰੀਕ ਨੂੰ ਕਰਵਾਇਆ ਜਾਂਦਾ ਹੈ। ਸਾਰਿਆਂ ਦਾ ਧੰਨਵਾਦ। ਸਖੀ ਸਰਬਰ ਲੱਖ ਦਤਾ ਪੀਰ, ਤਮੰਨਾ ਹੈ ਕਿ ਨਜ਼ਰ ਮੇਰੀ ਆਖਸੀਰ ਬਣ ਜਾਏ, ਜਿਸ ਸ਼ੈ ਪਰ ਨਜ਼ਰ ਡਾਲੂ ਤੇਰੀ ਤਸਵੀਰ ਬਣ ਜਾਏ, ਪੜਾ ਹੂੰ ਕਦਮੋਂ ਪਰ ਤੇਰੇ ਤੂੰ ਮਾਲਕ ਦੋ ਹੱਕ ਹੈ, ਜਰਾ ਸੀ ਠੋਕਰ ਮਾਰਦੇ ਮੇਰੀ ਤਕਦੀਰ ਬਣ ਜਾਏ। ਸਖੀ ਸਰਬਰ ਧੰਨ ਧੰਨ ਲੱਖ ਦਤਾ ਪੀਰ ਔਰ ਖਾਲਸਾ ਦੰਗਲ ਕਮੇਟੀ। ਹਾਂਜੀ ਹਾਂਜੀ, ਚਾਵਲਾ ਸਾਊਂਡ ਸਰਵਿਸ, ਉਹਨਾਂ ਨੂੰ ਬੇਨਤੀ ਆ ਕਿ ਥੋੜ੍ਹੀ ਆਵਾਜ਼ ਕਲੀਅਰ ਕਰ ਦੇਣ, ਜਦੋਂ ਭਾਅ ਜੀ ਤੁਸੀਂ ਬੋਲਦੇ ਹੋ ਥੋੜ੍ਹੀ ਆਵਾਜ਼ ਕਲੀਅਰ ਨਹੀਂ ਆ ਰਹੀ। ਹਾਂਜੀ, ਚਾਵਲਾ ਸਾਊਂਡ ਸਰਵਿਸ ਜਿੱਥੇ ਵੀ ਆਵਾਜ਼ ਨੂੰ ਸੁਣਦੇ ਹੋਣ ਥੋੜ੍ਹੀ ਆਵਾਜ਼ ਕਲੀਅਰ ਕਰ ਦਿਓ, ਇਸ ਕਰਕੇ ਸਾਊਂਡ ਸੈੱਟ ਕਰਨ ਵਾਲਾ ਹੈ। ਜਿੱਥੇ ਵੀ ਚਾਵਲਾ ਭਾਅ ਜੀ ਮੇਰੀ ਆਵਾਜ਼ ਸੁਣਦੇ ਹੋਣ ਉਹ ਜਲਦੀ ਤੋਂ ਜਲਦੀ ਆਵਾਜ਼ ਕਲੀਅਰ ਕਰਾਓ ਜੀ, ਮਿਹਰਬਾਨੀ। ਥੈਂਕ ਯੂ ਥੈਂਕ ਯੂ। ਆਵਾਜ਼ ਜਿਹੜੀ ਹੈ ਉਹ ਰਿਪੀਟ ਬਹੁਤ ਹੈ, ਰਿਵਰਬ ਘਟਾ ਦਿਓ, ਈਕੋ ਘਟਾ ਦਿਓ ਤੇ ਆਵਾਜ਼ ਸੁਣਨ ਲੱਗ ਪੈਣੀ। ਹੈਲੋ 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 ਸੁਣ ਚੁੱਕ, ਹੈਲੋ 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 ਸੁਣ ਚੁੱਕ, ਹੈਲੋ ਈਕੋ ਘਟਾ ਦਿਓ, ਹੈਲੋ ਹੈਲੋ ਠੀਕ ਹੈ ਜੀ ਹੈਲੋ, ਕਿਉਂਕਿ ਸਮਝ ਆਉਣਾ ਚਾਹੀਦਾ ਹੈ, ਰਿਵਰਬ ਜ਼ਿਆਦਾ ਲੱਗਦੀ, ਈਕੋ ਜ਼ਿਆਦਾ। ਹੈਲੋ ਹੈਲੋ, ਬਖਸ਼ਿਆਂ ਦੀ ਆਵਾਜ਼ ਵਧਾਓ ਭਾਜੀ। ਹੈਲੋ ਹੈਲੋ ਸੁਣ ਚੁੱਕ, ਹੈਲੋ ਬਖਸ਼ਿਆਂ ਦੀ ਆਵਾਜ਼ ਵਧਾਓ। ਹੈਲੋ ਬਸ ਠੀਕ ਹੈ, ਇੱਥੇ ਰਹਿਣ ਦੇ, ਹੁਣ ਸਮਝ ਆਉਂਦੀ ਹੈ। ਤਮੰਨਾ ਹੈ ਕਿ ਨਜ਼ਰ ਮੇਰੀ ਅਕਸੀਰ ਬਣ ਜਾਏ, ਜਿਸ ਸ਼ੈ ਪਰ ਨਜ਼ਰ ਡਾਲੂ ਤੇਰੀ ਤਸਵੀਰ ਬਣ ਜਾਏ, ਪੜਾ ਹੂੰ ਕਦਮੋਂ ਪਰ ਤੇਰੇ ਤੂੰ ਮਾਲਕ ਦੋ ਹੰਕ ਹੈ, ਜਰਾ ਸੀ ਠੋਕਰ ਮਾਰਦੇ ਮੇਰੀ ਤਕਦੀਰ ਬਣ ਜਾਏ। ਸੋ ਮੈਂ ਇਤਿਹਾਸ ਦੀ ਗੱਲ ਕਰਾਂਗਾ, ਪਰ ਸਾਹਮਣੇ ਦੰਗਲ ਦੇਖੋ ਪੂਰਾ ਪੱਖਿਆ ਹੋਇਆ ਇਸ ਵੇਲੇ ਆਪੋ ਆਪਣੇ ਅਖਾੜਿਆਂ ਦੇ, ਉਹ ਮਲ ਤੜਕ ਸਾਰ ਗਰਾਊਂਡਾਂ ਦੇ ਨਾਲ ਜੁੜਨਾ ਪੈਂਦਾ, ਉਸਤਾਦਾਂ ਦੀਆਂ ਮਾਰਾਂ ਖਾਣੀਆਂ ਪੈਂਦੀਆਂ। ਪੰਜਾਬ ਦੀ ਧਰਤੀ ਦੀ ਮੈਂ ਗੱਲ ਸੁਣਾਵਾਂ, ਕਿਉਂਕਿ ਜਦੋਂ ਫਿਰ ਨਾਮੀ ਭਲਵਾਨ ਆਉਣਗੇ ਫਿਰ ਉਹਨਾਂ ਦਾ ਜ਼ਿਕਰ ਕਰਨਾ ਬਹੁਤ ਹੀ ਜ਼ਰੂਰੀ ਬਣਦਾ ਹੈ। ਮੈਂ ਸਾਹਮਣੇ ਦੇਖ ਰਿਹਾ ਕਿ ਕੋਈ ਨੌਜਵਾਨ ਪੰਜਾਬ ਪੁਲਿਸ ਦੇ ਵਿੱਚ ਜੌਬ ਕਰਦਾ, ਵੱਖ ਵੱਖ ਅਖਾੜਿਆਂ ਦੇ ਭਲਵਾਨ, ਵੱਖ ਵੱਖ ਅਖਾੜਿਆਂ ਦੇ ਮਲ ਆਪਣੇ ਉਸਤਾਦਾਂ ਦੇ ਨਾਲ ਮਹਿਤਪੁਰ ਦੀ ਇਸ ਪਵਿੱਤਰ ਧਰਤੀ ਤੇ ਪਹੁੰਚ ਚੁੱਕੇ ਹੈ। ਮੈਂ ਸਤਿਕਾਰ ਕਰਦਾ, ਖਾਤਰ ਹਿੰਦ ਦੀ ਰੁਲੇ ਦਿੱਲੀ ਸ਼ਹਿਰ ਅੰਦਰ, ਮਾਤਾ ਗੁਜਰੀ ਦੇ ਸਿਰ ਦੇ ਸ਼ਿੰਗਾਰ ਦੇ ਫੁੱਲ, ਕਿਸੇ ਚੁਗੇ ਨਾ ਗੜੀ ਚਮਕੌਰ ਵਿੱਚੋਂ 40 ਸਿੰਘਾਂ ਸਣੇ ਅਜੀਤ ਜੁਜਾਰ ਦੇ ਫੁੱਲ, ਫੁੱਲਾਂ ਤੋਂ ਵੀ ਕੋਮਲ ਕਲੀਆਂ, ਚਿਣ ਦਿੱਤੇ ਜ਼ਾਲਮ ਨੇ ਵਿੱਚ ਦੀਵਾਰ ਦੇ ਫੁੱਲ, ਜਿਹਨੇ ਡਾਇਰ ਦੀ ਫਟਕੜੀ ਫੁੱਲ ਕੀਤੀ, ਚੁਗਣ ਦਿੱਤੇ ਨਾ ਅੰਗਰੇਜ਼ ਸਰਕਾਰ ਨੇ ਉਸ ਸ਼ਹੀਦ ਸਰਦਾਰ ਦੇ ਫੁੱਲ, ਸਕਾ ਬਾਪ ਵੀ ਹੱਥੀ ਨਾ ਚੁੱਕ ਸਕਿਆ, ਜ਼ੋਰਾਵਰ ਫਤਿਹ ਸਿੰਘ ਬਰਖੁਰਦਾਰ ਦੇ ਫੁੱਲ, ਲੱਖਾਂ ਫੁੱਲਾਂ ਤੋਂ ਕੀਮਤੀ ਫੁੱਲ ਰੁੜ ਗਏ, ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦੇ ਫੁੱਲ, ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦੇ ਫੁੱਲ। ਪਰਮਜੀਤ ਸਿੰਘ ਜੀ, ਮੱਟੂ ਸਾਹਿਬ ਹੁਣ ਆਵਾਜ਼ ਸੁਣ ਰਹੀ ਹੈ, ਸਮਝ ਆ ਰਹੀ ਹੈ, ਇੱਕ ਵਾਰੀ ਮਾਈਕ ਤੋਂ ਦੱਸ ਦਿਓ ਨਹੀਂ ਤਾਂ ਸੈੱਟ ਕਰਾਇਆ ਜਾਊਗਾ। ਹਾਂਜੀ ਹੈਲੋ, ਹਾਂਜੀ ਅੱਗੇ ਨਾ ਭਾਅ ਜੀ ਕਲੀਅਰ ਆ, ਕੁਛ ਵਧੀਆ ਟੈਕ ਕੇ ਬੋਲੀ ਚਲੋ, ਨਾਮ ਸਾਰਿਆਂ ਨੂੰ ਅਨਾਊਂਸ ਹੋਏ ਪਤਾ ਲੱਗ ਜਾਣ, ਕਿਉਂਕਿ ਉਹਨਾਂ ਨੇ ਆਪਣਾ ਬਣਦਾ ਮਾਣ ਸਨਮਾਨ ਵੀ ਪਰਿਵਾਰਾਂ ਨੇ ਲੈਣਾ ਹੈ, ਇਸੇ ਕਰਕੇ ਤੁਸੀਂ ਨਾਮ ਥੋੜ੍ਹਾ ਜਿਹਾ ਵਧੀਆ ਨਾਮ ਅਨਾਊਂਸ ਕਰ ਦਿਓ, ਔਰ ਪਹਿਲਵਾਨਾਂ ਦੀ ਇੰਟਰੋਡਕਸ਼ਨ ਥੋੜ੍ਹਾ ਜਿਹਾ ਜ਼ੋਰ ਰੱਖਿਓ ਔਰ ਅਖਾੜੇ ਦਾ ਸਾਰੀ ਨਿਗਰਾਨੀ ਰੱਖਿਓ, ਮਿਹਰਬਾਨੀ ਘੁੰਮਣ ਸਾਹਿਬ। ਥੈਂਕ ਯੂ, ਕਿਉਂਕਿ ਜਿਹੜੀ ਗੱਲ ਸੁਣੀ ਬਹੁਤ ਹੀ ਜ਼ਰੂਰੀ ਹੈ, ਅਤੇ ਜਿਹੜੀ ਕੁਸ਼ਤੀ ਛੜਾਈ ਜਾਊਗੀ ਪਰਚੀ ਮੈਨੂੰ ਜ਼ਰੂਰ ਦੇਣੀ ਭਾਅ ਜੀ, ਜਿਹੜੀ ਕੁਸ਼ਤੀ ਛੜਾਈ ਜਾਊਗੀ। ਸੋ ਮੈਂ ਇੱਕ ਵਾਰੀ ਫਿਰ ਅੱਜ ਦੇ ਇਸ ਅਖਾੜੇ ਦੇ ਵਿੱਚ ਜਿਹੜੇ ਨਾਮੀ ਭਲਵਾਨ, 71,000 ਰੁਪਏ ਦਾ ਪਹਿਲਾ ਜਿਹੜਾ ਪਟਕਾ, ਪਹਿਲੀ ਕੁਸ਼ਤੀ, ਪਹਿਲੀ ਝੰਡੀ ਦੀ ਕੁਸ਼ਤੀ ਕਰਾਈ ਜਾਵੇਗੀ, ਜੱਸਾ ਪੱਟੀ ਤੇ ਸਾਬਾ ਕੋਹਾਲੀ, ਇਹਨਾਂ ਦੋ ਰੁਸਤਮੇ ਹਿੰਦ ਤੇ ਅਰਜਨ ਐਵਾਰਡੀ ਸਮਰਾ ਤੇ ਸਵਰਗਸੀ ਦੌਲਤ ਸਿੰਘ ਜੀ ਸਮਰਾ ਦੇ ਪਰਿਵਾਰ ਦੇ ਵੱਲੋਂ ਇਹ ਜਿਹੜੀ ਕੁਸ਼ਤੀ ਆ ਉਹਦਾ 41,000 ਰੁਪਈਆ ਪ੍ਰਾਈਜ਼ ਸਪੋਂਸਰ ਕੀਤਾ ਗਿਆ, ਪੰਮਾ ਡੇਰਾ ਬਾਬਾ ਨਾਨਕ ਤੇ ਜੱਸਾ ਕੋਹਾਲੀ, ਇਹਨਾਂ ਦੋਨਾਂ ਭਲਵਾਨਾਂ ਦੇ ਵਿੱਚ ਹੋਵੇਗੀ। ਭਾਅ ਜੀ ਰਿਪੀਟ ਬੰਦ ਕਰ ਜਾ, ਰਿਪੀਟ ਬਹੁਤ ਹੈ। ਹੈਲੋ ਸੈਂਪਲ ਕਰਦੇ ਨੂੰ, ਹੈਲੋ ਸੈਂਪਲ ਕਰਦੇ, ਸੈਂਪਲ ਇਹਦੀ ਹਾਰਨ ਦੀ ਰਿਪੀਟ ਜ਼ਿਆਦਾ ਪੈਂਦੀ ਫਿਰ ਡਿਸਟਰਬੈਂਸ ਆਉਂਦੀ ਹੈ। ਸੋ ਜਿੱਥੇ ਸਰਦਾਰ ਅਵਤਾਰ ਸਿੰਘ ਜੀ ਸਾਨੋ, ਸਰਦਾਰ ਸਵਰਨ ਸਿੰਘ ਜੀ ਸਮਰਾ ਦੇ ਪਰਿਵਾਰ ਦੇ ਵੱਲੋਂ ਮੈਂ ਸਤਿਕਾਰ ਕਰਾਂਗਾ, ਸ਼ਿੰਦਾ ਨਰੰਗਵਾਲ ਤੇ ਅਮਿਤ ਰੋਹਤਕ, ਇਹਨਾਂ ਦੇ ਵਿੱਚ ਜਿਹੜੀ ਕੁਸ਼ਤੀ ਦਾ ਦੰਗਲ ਹੋਵੇਗਾ ਉਹਨਾਂ ਦੇ ਵੱਲੋਂ ਪ੍ਰਾਈਜ਼ ਸਪੋਂਸਰ ਕੀਤਾ ਗਿਆ ਹੈ, ਸਤਿਕਾਰ ਹੈ। ਜਿੱਥੇ ਸਵਰਗਸੀ ਗੁਰਦਾਵਰ ਸਿੰਘ ਜੀ ਦਿਓਲ ਦੇ ਪਰਿਵਾਰ ਦੇ ਵੱਲੋਂ ਉਹਨਾਂ ਦੇ ਸਪੁੱਤਰ
बेटे सुरजीत सिंह जी, सतनाम सिंह जी, चरणजीत सिंह जी, उन्होंने वालों 31,000 रुपया पर 21,000 रुपए की पटकी से 10,000 रुपया कमेटी नूं दिता गया है। मैं इन सारे दानी सज्जणां दा बहुत बहुत धन्यवाद करदा। हुण जुड़दे हां अखाड़े दे नाल वख-वख पहलवान। देखो किन्ना सोहणा दंगल इधर शाबाशी दित्ती है। अगली जिहड़ी परची जिहड़ी भी कुश्ती छड़ाई जाएगी, परची मेरे कोल आएगी, फिर मैं नाम अनाउंस करांगा जिहड़ी पहलवान दे नाल कुश्ती होवेगी। इंट्रोडक्शन कराई जाएगी, नंबर मिल के जिहड़ी कुश्ती है वह करवाई जाएगी। आ जिहड़ी कुश्ती सामने हो रही है, लाल रंग की ऑप्शन है, रॉकी जगराओं। एक बार बांह खड़ी कर जाना, यह आ रॉकी जगराओं अखाड़ा। दूसरे पास नौजवानों जिहदे नाल हाथ जोड़ी रही है, हो रही है, शाहकोट अखाड़े का नौजवान है, रॉकी जगराओं ते शाहकोट अखाड़ा। परची मेरे कोल है जी। इंट्रोडक्शन जिहड़ी पहलवाना की होगी, तीन जोड़िया चार जोड़िया, इधर बच्चे छोटे छोटे लंगोट वजा हुआ है। जे दौलत भी ले लो, जे शौहर, इधर डगा ढोल दे उपर, क्योंकि ज़्यादा रिपीट दे नाल वर्ब दे नाल गल समझ नहीं आती। अखाड़े के वख-वख पहलवानों मैं बेनती करांगा कि सलामी दे के अखाड़े के बैठने की कृपालता करेंगे। सारे पहलवानों का बहुत बहुत सत्कार है। इस इलाके दे विच मैहतपुर की छिंज, इस तो बाद जिहड़ी कोट बादलकियां की छिंज दे जिगर हुंदे है, दुनिया वख-वख नगरां तो आई हुई है, ताँ कि पता लगे किहड़ा पहलवान किहड़े अखाड़े विचों आया है। सामने कुश्ती चलदी हुई, नाम सन्मान अखाड़ा काले संघियां की धरती से योर करता है। इधरले पासे अखाड़ा शाहकोट का मुंडा बरादरी के नाल संबंधित है, शानदार कुश्ती। और दो वीर घुलते ने कि गगू शाहकोट, दूजे पासे दीन गुजर। इधरले पासे आ गया पिंड थम्मूवाल, इनू आखते ने विक्की, लाल रंग का धागा पाया हुआ गल दे विच। सतनाम अंगाकीड़ी जिन्हों जीते पहलवान का हुण हर सपुत्र आखते ने, और तीन कुश्तियां खेड मैदान में चलदियां ने। और वख-वख नगरां तो नवा पिंड तो उन्ने वाल तो पंचायतां बुझियां ने जिन्होंने सालाना छिंज मेला करवाना हुंदा है, वो इस नगर विचों साइयां दिंदे ने पहलवानां नूं। और शानदार कुश्तियां कार जा भी सामने, तीन कुश्तियां खेड मैदान दे विच चलदियां होईयां। रोज़ रोज़ ना भगत सिंह सूरमे जमदे, राज चलदे ना सदा मनमानिया दे, बिना दया दे कदे नहीं धर्म चलदा, जुलम रुके ना बिना कुरबानिया दे। मंदिर करे सजदा भगत सिंह नूं जिसने बदले पाग हिंदुस्तानिया दी। माचरी ख्याल दे नाल कोई सट पेट ना लगे पहलवान दे, ख्याल दे नाल कुश्तियां करवा दिओ, मेहरबानी। ला जी, मैं समरा परिवार और खालसा दंगल साहब वो भी इतने पहुँच रहे हैं साडे दरम्यान, इस करके हौली हौली सारा स्टेडियम भर जाना है और पटके दियां कुश्तियां असी टाइम सर शुरू करवा देनियां हन। पहलवान पहुँच रहे हैं और अखाड़िया दियां कुश्तियां चल रही हैं, मेहरबानी। ला जी, साडे परमजीत सिंह जी मिट्टू साहब मेरे नाल मैक दे उपर सवावां दे, और सारे मल्लां दा सत्कार होया है। हैलो, हाँ जी, धन्यवाद जी। दोबारा फिर सूचित किया जाता है कि जिन्हां वीरां दे मोटरसाइकिल स्टेडियम दे अंदर हन, वो आपो अपने मोटरसाइकिल वीर बाहर लगा लो पार्किंग दे विच। दोबारा फिर बेनती है जो रास्ते दे विच कमरे दे नाल गड्डी वगैरह है वह भी तुसी बाहर लगा सकते हो, पार्किंग बनी है टावर दे नाल। और तरीका रखिया हुई ने 16, 17 ते 18 नूं कराया जा रहा है, सारिया ने हुम हमा के पुजना है। इस तरह छिंज मेले की तुसी रौनक नूं वधाया है। इस तरह बाबा सरदार जी वालों भी टूरनामेंट जिहड़ा 16, 17 ते 18 तरीकां जिहड़ियां ने जुगत हो चुकिया है। वाह, चल बई गुरदीप वेरां वाले की गल। इधरले पासे डौले दे उपर टैटू खणवाया होया गभरू ने, गजनी कट पवाउंदे छड के पग्गां नूं, औरतां दित्तियां चुन्नियां सुट लुक, धीआं दा कतल करन मापे ते नशा ने खा लै पुत लुको, ते नशा ने खा लै पुत लुको। नशा तो रहत खालसा दंगल कमेटी ने बहुत वड्डा अपराला कीता होया। मैं बेनती करदा बार बार वी मोटरसाइकिल क्यों नहीं बाहर जांदे, ये थोड़ी अपनी छिंज आ, आखे क्यों नहीं लगते साढ़े।
गेट दे मोटरसाइकिल गेट तो अंदर बाहर कर लो मेहरबानी थोड़ी बहुत बहुत धन्यवाद करते हैं थोड़ा जिन्हें मोटरसाइकिल आ रहे बाहर ले जाना पैना थोनू बेनती आ मोटरसाइकिल कढ़ो नहीं सानू इतने अपना आके थानू कढ़ाने पैण गए बेनती आ साडी मान लो होणगियां और इस तों इलावा स्पैशल कुश्तियां कमेटी वालों करवाईया जाणगियां और जिस तरह साडे रैफरी साहिबान वालों पर्चियां दित्तियां जा रही हैं उस तरह तुसीं आपो अपनी कुश्ती करो और अपना बनदा मान सन्मान वो साडे चेयरमैन साहब सरदार बलवंत सिंह समरा इधर बैठे ने कमेटी मैंबर बैठे हैं उन्हां दे कोलों नाल दी नाल तुसीं अपना अपने पैसे अपना मान सन्मान नाल दी नाल ले जायो मेहरबानी जी बंटी जल्दी आओ भी मैहतपुर वाले मल्ला नूं बेनती है मैनूं लगता है सामने बंटी तैयारी खिंच रहा है बंटी मैहतपुर वाला और अगले मल्ला वल चाती मारीए कि जेडे मल्ला नूं पर्चियां मिल गई मल्लो जरा जल्दी तैयारी खिंचो जेडे पहलवानां नूं पर्चियां मिल चुकिया ने आपां सूरज देवता की हयूरी दे अंदर लोए लोए स्पैशल कुश्तियां ते नाल जिहड़ियां चार कुश्तियां झड्डी वालियां है आपां लोए लोए दर्शक वीरां दे सामने तकांगे इस दंगल पातशाह विच तकांगे और खालसा का बहुत वड्डा अपराला है मैं अगे दस्या एक करमा वाले नगर होंदे ने जिथे पहलवान स्टार मल पैदा होके और दुनिया विच नाम बनाउंदे ने अज मैहतपुर की धरती दे लगभग कई दिन का लोगों नूं इंतजार सी लोगों दे हैलो हाँ जी लखां दी दाते दी याद विच छिंज मेला खालसा दंगल कमेटी रजिस्टर्ड मैहतपुर वालों करवाया जाता है सारे दानी सज्जणा दे सहयोग नाल मैं उन्हां दा दुबार तो एक बारी नाम अनाउंस सारे दानी सज्जणा दा करांगा और जदों मान सन्मान देने शुरू हो गए तुसीं अपने मान सन्मान नाल दी नाल स्टेज तो प्राप्त कर लियो मैं एक बारी हुण नाम अनाउंस करांगा उस तों बाद पहलवानां दी इंट्रोडक्शन हो जाणी है और अखाड़े दी अनाउंसमेंट चलेगी उस तों पहलां मैं एक बारी दानी सज्जणा नाम अनाउंस कर रहा हाँ दानी सज्जन थोड़ा नोट करियो